ਮੈਨੂੰ ਹਰਨੀਆ ਦੀ ਪ੍ਰੋਬਲਮ ਸੀਗੀ। ਯੂਟਿਊਬ ਤੋਂ ਦੇਖ ਕੇ ਇਹਨਾਂ ਕੋਲ ਇੱਥੇ ਆਇਆ, ਗੱਲਬਾਤ ਕਰਨ ਤੋਂ ਬਾਅਦ ਆਪਰੇਸ਼ਨ ਕਰਵਾਇਆ, ਸਹੀ ਆਪਰੇਸ਼ਨ ਹੋਇਆ ਅਤੇ ਬਿਲਕੁਲ ਫੀਲ ਕਰ ਰਿਹਾ ਵਧੀਆ। ਹਾਂਜੀ, ਮੇਰਾ ਨਾਮ ਰਕੇਸ਼ ਕੁਮਾਰ, ਪਿੰਡ ਬਾਠਕਲਾਂ ਤੋਂ ਬਿਲੋਂਗ ਕਰਦਾ ਮੈਂ। ਮੈਨੂੰ ਹਰਨੀਆ ਦੀ ਪ੍ਰੋਬਲਮ ਸੀਗੀ, ਪਹਿਲਾਂ ਮੇਰਾ ਆਪਰੇਸ਼ਨ ਹੋਇਆ ਹੈ ਓਪਨ। ਹੁਣ ਮੈਂ ਡਾਕਟਰ ਸਾਹਿਬ ਨਾਲ ਯੂਟਿਊਬ ਤੋਂ ਦੇਖ ਕੇ ਇਹਨਾਂ ਕੋਲ ਇੱਥੇ ਆਇਆ, ਗੱਲਬਾਤ ਕਰਨ ਤੋਂ ਬਾਅਦ ਆਪਰੇਸ਼ਨ ਕਰਵਾਇਆ। ਆਪਰੇਸ਼ਨ ਮੇਰਾ ਸਕਸੈਸਫੁਲ ਆਪਰੇਸ਼ਨ ਹੋ ਗਿਆ, ਸਹੀ ਆਪਰੇਸ਼ਨ ਹੋਇਆ ਅਤੇ ਬਿਲਕੁਲ ਫੀਲ ਕਰ ਰਿਹਾ ਵਧੀਆ। ਅਤੇ ਲੈਕਰੋਸਕੋਪੀ ਨਾਲ ਇਹਨਾਂ ਨੇ ਸੁਜੈਸ਼ਨ ਦਿੱਤੀ ਸੀ, ਲੈਕਰੋਸਕੋਪੀ ਨਾਲ ਵਧੀਆ ਆਪਰੇਸ਼ਨ ਹੋਊਗਾ ਅਤੇ ਠੀਕ ਠਾਕ ਹੋਊਗਾ। ਤਾਂ ਮੇਰਾ ਆਪਰੇਸ਼ਨ 20 ਤਰੀਕ ਨੂੰ ਆਪਰੇਸ਼ਨ ਹੋ ਗਿਆ, ਠੀਕ ਠਾਕ ਵਧੀਆ ਅਤੇ ਬਹੁਤ ਵਧੀਆ ਫੀਲ ਕਰ ਰਿਹਾ ਮੈਂ ਹੁਣ। ਲੈਕਰੋਸਕੋਪੀ ਨਾਲ ਜਿਹੜਾ ਆਪਰੇਸ਼ਨ ਕਰਦੇ ਆ ਉਹ 3 ਹੋਲ ਕਰਕੇ ਛੋਟੇ ਛੋਟੇ ਉਹਨਾਂ ਨਾਲ ਆਪਰੇਸ਼ਨ ਕਰਦੇ ਆ, ਬਾਅਦ ਦੇ ਵਿੱਚ ਕੋਈ ਸਟਿਚਿੰਗ ਐਰਾ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਹੈ ਔਰ ਜਲਦੀ ਛੁੱਟੀ ਦੇ ਦਿੰਦੇ ਆ। ਆਪਰੇਸ਼ਨ ਕਰਕੇ ਉਸੇ ਦੂਸਰੇ ਦਿਨ ਸਾਨੂੰ ਛੁੱਟੀ ਦਿੱਤੀ, ਕੋਈ ਸਾਨੂੰ ਪ੍ਰੋਬਲਮ ਨਹੀਂ ਹੋਈ, ਹੋਸਪਿਟਲ ਦੇ ਵਿੱਚ ਸਹੀ ਆ। ਅਤੇ ਹੋਰ ਵੀ ਕਿਸੇ ਨੇ ਕੋਈ ਆਪਰੇਸ਼ਨ ਇੱਦਾਂ ਦਾ ਕਰਾਉਣਾ ਹੋਵੇ ਹਰਨੀਆ ਵਾ ਤਾਂ ਇੱਥੋਂ ਆ ਕੇ ਕਰਾ ਸਕਦੇ ਆ, ਬਹੁਤ ਵਧੀਆ ਆਪਰੇਸ਼ਨ ਕਰਦੇ ਆ।